ਦਿਵਾਲੀ ਦਾ ਦਿਨ ਧਿਆਰ ਆ ਰਿਹਾ ਹੈ ਤੁਸੀਂ ਖੈਰ ਨੂੰ ਅਸੀਂ ਕੀ ਮੱਸੀ ਦਣਾ ਚੁੰਦੇ ਆਈ ਮੈਂ ਵਿਨੋਦ ਪਟਿਆ ਯੂਥ ਅਕਾਲੀ ਦਲ ਫਤਿਹਗੜ ਚੂੜੀਆਂ ਮੈਂ ਜਿਸ ਤਰ੍ਹਾਂ ਵੀ ਦਿਵਾਲੀ ਹਰ ਸਾਲ ਹੀ ਬੜੀ ਧੂਮਧਾਮ ਦੇ ਨਾਲ ਮਨਾਈ ਜਾਂਦੀ ਹੈ ਮੈਂ ਸਾਰੇ ਹੀ ਆਪਣੇ ਪੰਜਾਬ ਵਾਸੀਆਂ ਨੂੰ ਤੇ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਦਿਵਾਲੀ ਦਾ ਵੀ ਅਸੀਂ ਦਿਵਾਲੀ ਸਾਰੇ ਹੀ ਰਲ ਮਿਲ ਕੇ ਖੁਸ਼ੀਆਂ ਨਾਲ ਮਨਾਈਏ ਔਰ ਜੋ ਪੋਲੂਸ਼ਨ ਰਹੇ ਤੇ ਪਟਾਕੇ ਨੇ ਉਹਨਾਂ ਨੂੰ ਉਹਨਾਂ ਤੋਂ ਅਸੀਂ ਦੂਰ ਰਹੀਏ ਔਰ ਜਿਸ ਤਰ੍ਹਾਂ ਵੀ ਤੁਹਾਨੂੰ ਪਤਾ ਹੈ ਕਿ ਵਾਤਾਵਰਨ ਬਹੁਤ ਹੀ ਖਰਾਬ ਚੱਲ ਰਿਹਾ ਹੈ ਅੱਜਕੱਲ ਤੇ ਇਸ ਕਰਕੇ ਸਾਨੂੰ ਇਹ ਜਿਹੜੇ ਜਿਆਦਾ ਜਿਹੜੇ ਸ਼ੋਰ ਵਾਲੇ ਪਟਾਕੇ ਨੇ ਜਿਆਦਾ ਧੂੰਏ ਵਾਲੇ ਪਟਾਕੇ ਇਹ ਨਹੀਂ ਚਲਾਣੇ ਚਾਹੀਦੇ ਔਰ ਆਪਣੇ ਬੱਚਿਆਂ ਨੂੰ ਵੀ ਇਸ ਪਟਾਕਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ਔਰ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਵੀ ਦੀਵਾਲੀ ਦਾ ਅਸੀਂ ਸਾਰੇ ਆਪਣੇ ਪਰਿਵਾਰ ਦੇ ਨਾਲ ਸਾਰੇ ਮਨਾਉਂਦੇ ਹੀ ਹਾਂ ਤੇ ਅਸੀਂ ਉਹਨਾਂ ਲੋਕਾਂ ਦੇ ਨਾਲ ਵੀ ਦੀਵਾਲੀ ਮਨਾਈਏ ਜੋ ਸਾਡੇ ਲਈ ਇਹਨਾਂ ਸਰਕਾਂ ਦੇ ਉੱਤੇ ਲੈ ਕੇ ਦੀਵੇ ਲੈ ਕੇ ਜੋ ਵੇਚਦੇ ਨੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਘਰ ਵੀ ਰੌਸ਼ਨੀ ਦਾ ਦੀਵਾ ਜਗਾਈਏ ਅਤੇ ਉਹਨਾਂ ਨਾਲ ਵੀ ਦੀਵਾਲੀ ਦੀਆਂ ਖੁਸ਼ੀਆਂ ਸਾਰੇ ਸਾਂਝੀਆਂ ਕਰੀਏ ਬਸ ਇਹੋ ਹੀ ਦੀਵਾਲੀ ਦਾ ਸੰਦੇਸ਼ ਦੇਣਾ ਚਾਹੁੰਨਾ ਵਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਪਵਨ ਲਾਲ ਜੀ